ਤੀਜੀਆਂ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਦੀ ਸ਼ੁਰੂਆਤ ਕੱਲ੍ਹ ਸ਼ਾਮ ਉੱਤਰ ਪ੍ਰਦੇਸ਼ ਦੀ ਗੌਤਮ ਬੁੱਧਨਗਰ ਜ਼ਿਲ੍ਹੇ ਵਿੱਚ ਕਬੱਡੀ ਖੇਡ ਨਾਲ ਹੋਈ ਕਈ ਯੂਨੀਵਰਸਟੀਆਂ ਦੀਆਂ 15 ਟੀਮਾਂ ਨੇ ਇਸ ਮੁਕਾਬਲੇ ਵਿੱਚ ਹਿੱਸਾ ਲਿਆ ਇਹ ਮੁਕਾਬਲਾ ਗੌਤਮ ਬੁੱਧਨਗਰ ਜ਼ਿਲ੍ਹੇ ਦੇ ਸ਼ਹੀਦ ਵਿਜੇ ਸਿੰਘ ਪਥਿਕ ਸਟੇਡੀਅਮ ਵਿੱਚ ਆਯੋਜਿਤ ਕੀਤਾ ਗਿਆ ਗੌਤਮ ਬੁੱਧਨਗਰ ਜ਼ਿਲ੍ਹੇ ਵਿੱਚ ਆਯੋਜਿਤ ਹੋਣ ਵਾਲੇ ਬਾਸਕਟਬਾਲ ਭਾਰ ਤੋਲਣ ਮੁੱਕੇਬਾਜ਼ੀ ਅਤੇ ਕਬੱਡੀ ਵਰਗੀਆਂ ਖੇਡਾਂ ਨਾਲ ਸੰਬੰਧਕ ਮੁਕਾਬਲੇ ਵਿੱਚ ਵਕਫ ਵਕਫ ਯੂਨੀਵਰਸਿਟੀਆਂ ਦੇ ਕਰੀਬ 1200 ਖਿਡਾਰੀ ਹਿੱਸਾ ਲੈ ਰਹੇ ਨੇ ਇਸ ਸਮਾਗਮ ਦਾ ਸਰਕਾਰੀ ਤੌਰ ਤੇ ਉਦਘਾਟਨ ਪਲਕੇ ਨਖਨੌ ਵਿੱਚ ਕੀਤਾ ਜਾਵੇਗਾ ਪ੍ਰਧਾਨ ਮੰਤਰੀ ਮੋਦੀ ਵੀ ਇਸ ਉਦਘਾਟਨ ਸਮਾਗਮ ਵਿੱਚ ਵਰਚੁਅਲ ਮਾਧਿਅਮ ਰਾਹੀਂ ਸ਼ਾਮਲ ਹੋਣਗੇ ਉਹ ਇਸ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ ਕੇਂਦਰੀ ਖੇਡ ਮੰਤਰੀ ਅਨੁਰਾਗ ਸਿੰਘ ਠਾਕੁਰ ਸੂਬੇ ਦੇ ਮੁੱਖ ਮੰਤਰੀ ਯੋਗੀ ਅਦਿਤਿਆ ਨਾਥ ਅਤੇ ਉਦਘਾਟਨੀ ਸਮਾਗਮ ਵਿੱਚ ਸ਼ਾਮਲ ਹੋਣਗੇ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ 3 ਜੂਨ ਤੱਕ ਚੱਲਣਗੀਆਂ ਤੇਜ਼ਦਾਰ ਸਮਾਪਤੀ ਸਮਾਗਮ ਵਾਰणसी ਵਿੱਚ ਆਯੋਜਿਤ ਕੀਤਾ ਜਾਵੇਗਾ ਇਹਨਾਂ ਖੇਡਾਂ ਦਾ ਆਯੋਜਨ ਚਾਰ ਸਥਾਨਾਂ ਗੋਤਮ ਬੁੱਧ ਨਗਰ ਲਖਨਊ ਗੋਰਖਪੁਰ ਅਤੇ ਵਾਰਾ ਨਸੀ ਵਿੱਚ ਕੀਤਾ ਜਾਵੇਗਾ